tinha. ਚਰਨਾਂ ਵਿੱਚ ਲਗਾ ਕੇ ਸਫਲ ਯਤਨ ਦੀ ਖੇਚਲਾ ਯਾਨੀ ਕਿਰਪਾਲਤਾ ਕਾਰਨ
ਦਿਓ ਥੋੜਾ ਜਿਹਾ ਸਮਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਲਾਈ ਗਏ। ਧੰਨ ਧੰਨ ਸੱਚਖੰਡ ਨਿਵਾਸੀ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਮਹਾਂਪੁਰਸ਼ ਗੁਰੂ ਕੀ ਸੰਗਤ ਤੇ ਛੋਟੀ ਜੀ ਜਵਾਨ ਇੱਕ ਮਹਾਂਪੁਰਸ਼ ਦੇ ਜੀਵਨ ਦੇ ਉੱਤੇ ਚਾਨਣਾ ਪਾ ਸਕਦੀ ਹੈ, ਜਿਨ੍ਹਾਂ ਦੀ ਮਹਿਮਾ ਵੇਦ ਸ਼ਾਸਤਰ ਕਥ ਨਹੀਂ ਕਰ ਸਕੇ। ਸਾਧ ਕੀ ਮਹਿਮਾ ਵੇਦ ਨਾ ਜਾਣੈ ਚੇਤਾ ਸਹਿਤ ਚੇਤਾ ਖਿਆਨੈ। ਆ ਗੁਰੂ ਕੀ ਸੰਗਤ ਥੋੜੇ ਜਿਹੇ ਸਮੇਂ ਦੇ ਵਿੱਚ ਕੁਝ ਮਹਾਂਪੁਰਸ਼ਾਂ ਦੇ ਕੀਤੇ ਪਰ ਪੁਕਾਰਾਂ ਦੇ ਉੱਤੇ ਵਿਚਾਰ ਕਰੀਏ। ਗੁਰੂ ਕੀ ਸੰਗਤ ਆਪਾਂ ਥੋੜਾ ਜਿਹਾ ਸਮਾਂ ਵਿਚਾਰ ਕਰੀਏ। ਸੰਤ ਜੀ ਮਹਾਰਾਜ ਨੇ ਅਵਤਾਰ ਧਾਰਨ ਕਰਕੇ ਆਪਾਂ ਮਹਾਂਪੁਰਸ਼ਾਂ ਦਾ ਜਨਮ ਕਹਿ ਦਿੰਦੇ। ਜਨਮ ਉਹਨਾਂ ਦਾ ਹੁੰਦਾ ਜਿਨ੍ਹਾਂ ਨੇ ਮਰ ਜਾਣਾ ਹੁੰਦਾ। ਸਤਿ ਸ੍ਰੀ ਅਕਾਲ। ਮਹਾਂਪੁਰਸ਼ ਤਾਂ ਨਾ ਜਨਮ ਚ